ਹੈਲੋ ਦੋਸਤੋ ਵੈਲਕਮ ਹੈ ਤੁਹਾਡਾ ਸੇਵਗਰ ਆ ਵਲੋਗ ਤੇ ਤੇ ਅੱਜ ਦਾ ਸਾਡਾ ਵਲੋਗ ਪਹਿਲਾ ਤੇ ਅੱਜ ਅਸੀਂ ਚੱਲੇ ਆਂ ਸਿਰਸੜ ਛੱਡੇ ਨਾਲ ਹੀ ਪਿੰਡ ਪਿੰਦੇ ਤੇ ਅਸੀਂ ਜਾਵਾਂਗੇ ਆਪਣੇ ਡੈਡੀ ਨਾਲ ਉਹ ਮੇਰੇ ਡੈਡੀ ਜਾਣਦੇ ਆ ਹਾਂ ਮੈਂ ਹੁਣ ਅੱਗੇ ਦੱਸਣੇ ਆ ਤੁਹਾਨੂੰ ਆ ਵੇਖੋ ਜੀ ਵਿਊ ਆ ਸਾਡੇ ਨਾਲ ਦੇ ਚੱਚ ਟਾਈਮ ਦਾ ਡੇਰਾ ਹੈ ਹੁਣ ਅਸੀਂ ਜਾਣਦੇ ਹਾਂ ਸਿਰਸਲ ਟੁਰ ਕੇ ਜਾਵਾਂਗੇ ਵੈਸੇ ਪਹਿਲਾਂ ਅਸੀਂ ਜਾਂਨੇ ਸਾਂ ਮੋਟਰਸਾਈਕਲ ਜਾਂ ਸਾਈਕਲ ਤੇ ਹੁਣ ਅਸੀਂ ਇੱਥੇ ਆ ਚੁੱਕੇ ਹਾਂ ਆ ਫੁੱਲ ਬੜੇ ਵਧੀਆ ਲੱਗ ਰਹੇ ਨੇ 2 ਮਿੰਟ ਫੋਟੋ ਫਟ ਖਚਾਵਾਂਗੇ ਫਿਰ ਉਹ ਸਾਡਾ ਘਰ ਹੈ orange ਕਲਰ ਦਾ ਦੰਦੇ ਦਿਖਦਾ ਹੋਣਾ ਥੋੜਾ ਥੋੜਾ ਉਹ ਸਾਡਾ ਨਿਸ਼ਾਨ ਸਾਹਿਬ ਚਲੋ ਫਿਰ ਆਜੋ ਦੋਸਤੋ ਬਖਾਨੇ ਤੁਨੂੰ ਸਿਰਸਲ ਦਾ ਵਲਿਉ ਆਵੇ ਹੋ ਦੋਸਤੋ ਪੱਠੇ ਵੈਸੇ ਮੈਂ ਨਾ ਜਾਣਾ ਚਾਹਨਾ ਹਾਂ ਪਰ ਜਾ ਨਹੀਂ ਸਕਦਾ ਕਿਉਂਕਿ ਪਾਣੀ ਹੈ ਹੈਲੋ ਫਰੈਂਡਸ ਇੱਕ ਫੁੱਲ ਤੋੜ ਕੇ ਚਲੀਏ ਸਿਰਸੜ ਵੈਸੇ ਕਮੈਂਟ ਕਰਕੇ ਦੱਸਣਾ ਕਿ ਫੁੱਲ ਕਿਵੇਂ ਦਾ ਲੱਗਾ ਚਲੋ ਆ ਸਾਨੂੰ ਜਾਂਦੇ ਜਾਂਦੇ ਆ ਇੱਕ ਅੰਕਲ ਮਿਲੇ ਜੋ ਕਿ ਮੇਰੇ ਡੈਡੀ ਨਾਲ ਗੱਲ ਕਰ ਰਹੇ ਨੇ ਤੇ ਹੁਣ ਅਸੀਂ ਆ ਚੁੱਕੇ ਹਾਂ ਸੜਕ ਤੇ ਤੇ ਅੱਗੇ ਜਾਵਾਂਗੇ ਹਉਂ ਤੁਰਦੇ ਤੁਰਦੇ ਮੇਰੇ ਪੈਰਾਂ ਦੀਆਂ ਉਂਗਲੀਆਂ ਵਿੱਚ ਪੀੜ ਹੋਣ ਲੱਗੀਆਂ ਨੇ ਜੀ ਪਰ ਫਿਰ ਵੀ ਜਾਵਾਂਗੇ ਅਸੀਂ ਸਾਡੇ ਡੈਡ ਨੂੰ ਇੱਕ ਵਾਰੀ ਸਾਨੂੰ ਆਖ ਆਖੇ ਵੀ ਘਰ ਜਾਣੇ ਤੁਰ ਜਾ ਪਰ ਅਸੀਂ ਨਹੀਂ ਜਾਵਾਂਗੇ ਕਿਉਂਕਿ ਅਸੀਂ ਜਾਣਾ ਸਿਰਸਲ ਹੁਣ ਆਏ ਠੇਕਾ ਸ਼ਰਾਬ ਦਾ ਵਸ ਜਿਹੜਾ ਮੈਂ ਤੁਹਾਨੂੰ ਠੇਕਾ ਵਖਾਇਆ ਸੀ ਉਹ ਪਹਿਲਾਂ ਇੱਥੇ ਹੁੰਦਾ ਸੀ ਪਰ ਹੁਣ ਤੁਰ ਗਿਆ ਉੱਥੇ चलो फिर चलने आगे आप यो देखो कणकादा थे थे उंदे उंदे हुन मैं पहुंच हैं बॉर्डर ते ये बॉर्डर है आप बॉर्डर है जी आज इधर मैं हाँ करनाल च ते दूजे पासे मैं कैथल च आप बॉर्डर है आको दो ने चलो फिर ते एक गल दसनी ही कि बॉर्डर दे नाल ही साडी पहले जा जा साडा ढोकल हाँ चार किलों का टक् इधर है तो चार किलियां इधर आ चार चार किले ने इधर अगर थानू टूबड़ विखा वा और पैप लैन आदा टूगर आगल पहला उतना सही इत होट के हम इत जी चलो फिर अगे चलीए ਵਿੰਦੇ ਵਿੰਦੇ ਮੇਰਾ ਡੈਡੀ ਹੁਣ ਉਲਟਾ ਚੱਲਣ ਲੱਗ ਗਿਆ ਪਤਾ ਨਹੀਂ ਕੀ ਹੋਇਆ ਮੈਂ ਤੇ ਇੱਥੇ ਦਿਖਣ ਵੀਂਦੇ ਆ ਕਿ ਉਧਰ ਜਾਂਦੇ ਨੇ ਕਿ ਇੱਧਰ ਪਰ ਉਧਰ ਹੀ ਜਾਂਦੇ ਨੇ ਆ ਸੜਕ ਤੋਂ ਉਪਰਲੇ ਪਾਸੇਲੇ ਖਤਮ ਹੋ ਚੁੱਕੀਏ ਪਰਾਹ ਜਹ ਰਿੰਦੀ ਜੀ ਸਾਡੇ ਜਾਂਦੇ ਜਾਂਦੇ ਇੱਕ ਟ੍ਰੈਕਟਰ ਆ ਗਿਆ ਸੋਨਾ ਲੀਕਾ ਹੋ ਗਿਆ ਜੀ ਟ੍ਰੈਕਟਰ ਸੋ ਇੱਧਰ ਦਾ ਵੀ ਖਤਮ ਹੋ ਚੁੱਕਿਆ ਹੁਣ ਚੱਲਨੇ ਅੱਗੇ ਇੱਕ ਆ ਸਾਡੇ ਨਾਲ ਟੁੱਗਲੇ ਚਲੋ ਫਿਰ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਇਹ ਕਿਹੜਾ ਘਰ ਵਿਖਾਵਾਂਗਾ ਜੁ ਚੁਕੀ ਐਨੇ ਸੰਦ ਨੇ ਚਾਰ ਪੰਜ ਕੰਪੈਣਾ ਹਰ ਹੂਟਾ ਵੇਟਰ ਬੜੇ ਸਾਰੇ ਸੰਦ ਨੇ ਵਿਖਾਵਾਂਗੇ ਤੁਹਾਨੂੰ ਉਹ ਵੀ ਆਹ ਵੀਊ ਵੇਖੋ ਇਹ ਤੁਹਾਨੂੰ ਬਿਲਕੁਲ ਸਾਫ਼ ਦੇਖਦਾ ਸਾਰਾ ਅਗਲੇ ਪਾਸੇ ਹਬੜੀ ਹੈ ਸੋ ਚੱਲਦੇ ਚੱਲਦੇ ਅਸੀਂ ਦੌੜ ਮਾਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਡੈਡੀ ਨੇ ਵੀ ਹੁਣ ਫਜ ਫਜ ਹੈਗੇ ਤੁਹਾਡੇ ਥੱਕ ਤੇ ਹੁਣ ਅਸੀਂ ਪਹੁੰਚੋ ਗਏ ਹਾਂ ਉਹ ਘਰ ਜਿਹਦੇ ਕੋਲ ਇੰਨੇ ਸੰਦ ਨੇ ਆ ਵੇਖੋ ਕਿੰਨੇ ਸੰਦ ਹੁਣ ਵੇਖਦੇ ਵੇਖਦੇ ਮੇਰੇ ਡੈਡੀ ਨੇ ਉਲਟੀ ਧੋੜ ਮਾਰਨੀ ਇਧਰ ਹਉਣ ਲੱਗੇ ਮੇਰੇ ਕੋਲ ਆ ਵੇਖੋ